धन धन संत बाबा महा हरनाम सिंह जी पुछ वाले धन धन बाबा नंद सिंह जी नानक सर कलेर वाले उन्होंने प्रथम हजूरी सेवक संत बाबा हजूरा सिंह जी द तीन जोत लवली समागम अते महापुरखां दी याद नूं समर्पित मौजूदा महापुरख संत बाबा जगरूप सिंह जी दी सरप्रस्ती हेठ गुरुद्वारा बेगमपुरा भोरा साहिब नानकसर कलेरां चकराऊं जिला लुधियाना विखे महान धार्मिक समागम करवाया गया, जिस विच महापुरखां प्रसिद्ध कीर्तन जथियां अते कई नामी शख्सियतां वल्लों कथा कीर्तन अते गुरमत विचारां नाल आईआं संगतां नूं निहाल कीता गया। इस समागम दौरान 505 श्री अखंड पाठ साहिब जी दे भोग अते समागम दी संपूर्णता दी अरदास कीती गई। अलमारियां दे विच कितने कितने स्वरूप होया करदे सन, अलमारियां दे विच बाबा जी ने सेवा ते सिमरन करके अपना जीवन प्रैक्टिकल बना के, ये महापुरखां दा प्रैक्टिकल जीवन हुंदा है, फिर दुनिया विच प्रचार कीता। उच्चे आसन ते बैठे है, चौर बरदार चौर कर रहा, जैसा सतगुर सुनी दा तैसो ही मैं डी, बिछड़िया मेला प्रभु सानू बिछड़िया नू, किनी किनी दूर तो संगत आई है, मैनू मैद है भी जिन्ने क दवान च बैठी है संगत, काफ़ी संगत बैठी है, इन्नी बाहर घूम रही है, दूर दूर तो संगत का आना ये महापुरशा का पराल है, जैसा सतगुर सुनी दा तैसो ही मैं डीठ, बिछड़िया मेला प्रभु हर दरगे का बसीठ, सानू बिछड़िया होया नू बाबा जी अपने चरणा नाल मेली बैठे है, जेड़े स्थान ते तुसी बैठे हो ये स्थान धन धन बाबा आनंद सिंह जी महाराज उन्हां दे प्यारे अन्ने अनल सेवक महापुरश बाबा हजूरा सिंह जी, जिन्हां दी याद विच संत बाबा जगरूप सिंह जी होना ने ਇਹ ਅਪਰਾਲਾ ਇਹ ਜ਼ਿੰਮੇਦਾਰੀ ਸੰਗਤਾਂ ਨੂੰ ਸੱਦੇ ਪੱਤਰ ਇਹ ਜਿਹੜਾ ਨਜ਼ਾਰਾ ਹੈ ਇਹ ਤੁਹਾਨੂੰ ਉਹਨਾਂ ਨੇ ਵਿਖਾਇਆ ਅੱਜ ਸਤਿਗੁਰੂ ਸਾਨੂੰ ਆਪਣੇ ਚਰਨਾਂ ਵਿੱਚ ਮੇਲੀ ਬੈਠੇ ਹੈ ਕਲਯੁੱਗ ਦਾ ਰਾਜ ਹੈ ਪਹਿਰਾ ਗੁਰੂ ਨਾਨਕ ਦਾ ਤੁਹਾਨੂੰ ਕਲਯੁੱਗ ਦੇ ਰਾਜ ਵਿੱਚ इन्ना सोहना समा परमात्मा ने बख्शिया असी इनू जाया नहीं जान देना, सचखंड विच बैठ के दवान विच चंगे विचारां दा आनंद मानना है। बाबा जी अपनी बाणी अंदर सानू समत दे रहे हैं, बिछड़िया मेला प्रभु हर दरगे का बासी, हर नामो मंत्र दड़ाए दा कट्टे होमै रोग, ये किहदे राही दड़ाउंदे आ, अपने प्यारिया राही। अज दस गुरु किते गए नहीं, वो सदा लई हाजर है, बाबा जी कृपा करदे सी किथे है गुरु ग्रंथ साहिब विच,
ਉਹ ਆਪਣੇ ਆਸਣ ਤੇ ਬਿਰਾਜਮਾਨ ਹੈ। ਤਨ ਤਨ ਸਤਿਗੁਰ ਸਿੱਖ ਸੁਣ ਚਰਨ ਸਰਨ ਸਾਡੇ ਮਹਾਂਪੁਰਖਾਂ ਨੇ ਬਾਬਾ ਜਗਰੂਪ ਸਿੰਘ ਹੁਣਾਂ ਨੇ ਆਪਣੇ ਪ੍ਰੀਤਮ ਦੇ ਪਿਆਰੇ ਮੁਰਸ਼ਦ ਧੰਨ ਬਾਬਾ ਨਾਨਕ ਸਿੰਘ ਜੀ ਉਹਨਾਂ ਦੇ ਗੁਰਦੇਵ ਦਾਤੇ ਵੱਡੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਕੁਝ ਪਿਆਰ ਦਾ ਭੰਡਾਰ ਬਾਬਾ ਜੀ ਦੀ ਝੋਲੀ ਵਿੱਚ ਪਾਇਆ। ਪ੍ਰੀਤਮ ਪਿਆਰੇ ਦੀ ਜ਼ਾਤ ਹਮੇਸ਼ਾ ਸਾਡੇ ਦਿਲਾਂ ਵਿੱਚ ਬਣੀ ਰਹਿੰਦੀ ਹੈ, ਬਣੀ ਰਹੇਗੀ, ਕਿਉਂਕਿ ਇਹ ਜਿਹੜੇ ਪ੍ਰਭੂ ਪਿਆਰਿਆਂ ਦੀ ਮਹਿਮਾ ਹੈ ਨਾ, ਵੇਦਾਂ ਤੋਂ ਬਾਹਰ ਹੀ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣਿਆ, ਸਾਧਨਾ ਵਾਲਾ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ। ਸਾਧ ਕੀ ਮਹਿਮਾ ਵੇਦ ਨਾ ਜਾਣਿਆ, ਜੇਤਾ ਸੁਣਿਆ ਤੇਤਾ ਵਖਿਆ। ਸਾਧ ਕੀ ਉਪਮਾ ਤਾਂ ਗੁਣਤੇ ਦੂਰ, ਸਾਧ ਕੀ ਉਪਰ ਹੀ ਭਰਪੂਰ। ਸਾਧ ਕੀ ਸੋਭਾ ਕਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਰੇ ਬੋਲਿਆ ਕਰੋ ਗੱਜ ਵੱਜ ਕੇ। ਸਭ ਦੁਨੀਆ ਮਰਦੀ ਹੈ, ਗੁਰਸਿੱਖ ਸੰਤ ਕਦੇ ਨਾ ਮਰਦੇ। ਦੁਨੀਆ ਮਰਦੀ ਹੈ, ਗੁਰਸਿੱਖ ਸੰਤ ਕਦੇ ਨਾ ਮਰਦੇ। ਅੱਜ ਕੱਲ ਦਾ ਇਨਸਾਨ ਬਾਬਾ ਗੁਰਬਾਣੀ ਪੜ੍ਹਦਾ ਨਹੀਂ, ਗੁਰੂ ਅਮਰਦਾਸ ਦੇ ਵਾਂਗੂ ਤੇਰਾ ਪਾਣੀ ਭਰਦਾ ਨਹੀਂ। ਸੁਬਾ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਭੁੱਲ ਗਿਆ ਸਿੱਖਾਂ ਨੂੰ, ਬਾਣੀ ਬਾਣਾ ਤੇ ਨਨਕਾਣਾ ਭੁੱਲ ਗਿਆ ਸਿੱਖਾਂ ਨੂੰ। ਨਾਨੂ ਵਿਸਰੇ ਨਾਨੂ ਨਾਨੂ ਨਾ ਦੋ
ਭਾਗਾਂ ਨਾਲ ਸਾਧੂ ਮਿਲਦੇ ਮਿਲਿਆ ਤੋਂ ਰੱਬ ਮਿਲ ਜਾਵੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਪਿਆਰੇ ਬਾਬਾ ਜੀ ਬਾਬਾ ਜੀ ਨੇ ਆਪ ਦੇ ਨਾਲ ਨਹੀਂ ਜੋੜਿਆ ਜੋੜਿਆ ਕਿਹਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਾਰੀ ਸਾਰੀ ਰਾਤ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਸਾਰੀ ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਸੇਵਾ ਕਰਨੀ ਅਤੇ ਬੰਦਗੀ ਕਰਨੀ ਜੇ ਗਰਮੀ ਹੋਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਾਰੀ ਸਾਰੀ ਰਾਤ ਗੁਰੂ ਸਾਹਿਬ ਦੀ ਸ਼ੈਲ ਕਰਾਉਣੀ ਆਖੋ ਸਤਨਾਮ ਅੱਜ ਦਾ ਜੀ ਜੋ ਪ੍ਰੋਗਰਾਮ ਸੀਗਾ ਤੀਨ ਜੋਤ ਲਿਵਲੀਨ ਬੇਅੰਤ ਧੰਨ 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 ਬਾਬਾ ਮਹਾਰਨਾਮ ਸਿੰਘ ਜੀ ਪੁੱਛੋ ਵਾਲੇ ਅਤੇ ਪਠਾਨਕੋਟ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਪਰਮ ਪ੍ਰਥਮ ਹਜ਼ੂਰੀ ਸੇਵਕ ਧੰਨ 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 ਬਾਬਾ ਹਜ਼ੂਰਾ ਸਿੰਘ ਜੀ ਜਿਨ੍ਹਾਂ ਦੀ ਅੱਜ ਆਪਾਂ ਯਾਦ ਮਨਾਈ ਹੈ ਇਹ ਜੋ ਸਾਰੀ ਰਹਿਨੁਮਾਈ ਸੀ ਇਹ ਸੰਤ ਬਾਬਾ ਜਗਰੂਪ ਸਿੰਘ ਜੀ ਬੇਗਮਪੁਰਾ ਭੋਰਾ ਸਾਹਿਬ ਵਾਲਿਆਂ ਨੇ ਕੀਤੀ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ ਜੋ ਮਹਾਂਪੁਰਸ਼ ਹੁੰਦੇ ਹਨ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਨ ਉਹ ਆਪ ਤਾਂ ਮੁਕਤ ਹੁੰਦੇ ਹੀ ਹਨ ਪਰ ਨਾਲ ਨਾਲ ਜੋ ਸੰਗਤ ਹੈ ਜਿਵੇਂ ਕਹਿੰਦੇ ਹਨ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੋ ਆਪਾਂ ਸਾਰੇ ਸੰਗੀ ਹਨ ਜੋ ਆਪਾਂ ਸਾਰੇ ਸੰਗਤ ਕਰਦੇ ਹਨ ਆਪਾਂ ਉਹਨਾਂ ਦੀ ਯਾਦ ਨੂੰ ਮਿੱਠੀ ਯਾਦ ਨੂੰ ਉਚੇਚੇ ਤੌਰ ਤੇ ਮਨਾਉਂਦੇ ਹਾਂ ਤਾਂ ਕਿ ਆਪਣਾ ਵੀ ਜੀਵਨ ਸਫਲ ਹੋ ਸਕੇ ਇਹ ਜੋ ਨਾਮ ਬੇਗਮਪੁਰਾ ਹੈ ਇਹ ਇਸ ਲਈ ਹੈ ਕਿਉਂਕਿ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਜਿੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਹੈ ਜੋ ਨਿਤਨੇਮੀ ਸੇਵਾਦਾਰ ਹਨ ਉਹਨਾਂ ਦੇ ਦਰਸ਼ਨ ਹੁੰਦੇ ਹੈ ਉੱਥੇ ਮੱਲੋ ਮੱਲੀ ਜੋ ਵੀ ਆਮ ਕਲਯੁਗੀ ਜੀਵ ਸਾਡੇ ਵਰਗੇ ਵੀ ਹਨ ਉਹਨਾਂ ਦਾ ਵੀ ਜੀ ਕਰਦਾ ਇੱਥੇ ਆ ਕੇ ਨਾਮ ਜਪੀਏ ਤੇ ਜਦੋਂ ਕੋਈ ਨਾਮ ਜਪਦਾ ਉਸਦੇ ਗਮ ਦੂਰ ਹੁੰਦੇ ਆ ਸੋ ਇਹ ਗੱਲ ਬਿਲਕੁਲ ਹਰੇਕ ਜਗ੍ਹਾ ਜਿੱਥੇ ਵੀ ਆਪਾਂ ਜੋ ਵੀ ਸਥਾਨ ਹੈ ਜਿੱਥੇ ਵੀ ਗੁਰਬਾਣੀ ਦਾ ਨਾਮ ਚੱਲਦਾ ਹੈ ਗੁਰਬਾਣੀ ਦਾ ਪ੍ਰਵਾਹ ਚੱਲਦਾ ਉਹ ਬੇਗਮ ਹੀ ਕਿਹਾ ਜਾਂਦਾ ਪਿਛਲੇ ਕੁਛ ਦਿਨਾਂ ਤੋਂ ਜੋ ਬੇਗਮਪੁਰਾ ਭੋਰਾ ਸਾਹਿਬ ਵਿੱਚ ਸਮਾਗਮ ਚੱਲ ਰਹੇ ਹਨ 505 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੜ੍ਹਲੀ ਅਤੇ ਲੰਗਰਾਂ ਦੀ ਸੇਵਾ ਹੋਰ ਬੇਅੰਤ ਸੇਵਾ ਸੰਗਤਾਂ ਨੇ ਕੀਤੀਆਂ ਤੇ ਮਹਾਂਪੁਰਸ਼ ਦੂਰੋਂ ਨੇੜੋਂ ਸੱਦੇ ਪੱਤਰ ਤੇ ਆਏ ਹਾਜ਼ਰੀਆਂ ਭਰੀਆਂ ਪੰਥ ਪ੍ਰਸਿੱਧ ਕੀਰਤਨੀਏ ਜਥੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਸੰਤ ਬਾਬਾ ਜਗਰੂਪ ਸਿੰਘ ਜੀ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਇਹਨਾਂ ਦਾ ਸਾਰਿਆਂ ਦਾ ਕਦਮ ਕਦਮ ਸਿਰ ਮੱਥੇ ਰੱਖਦੇ ਹੋਏ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਨ ਇਸ ਮੌਕੇ ਆਰਥੋਨੋਵਾ ਹਸਪਤਾਲ ਜਲੰਧਰ ਵੱਲੋਂ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਮੁਆਇਨਾ ਕੀਤਾ ਗਿਆ ਦੂਰੋਂ ਨੇੜਿਓਂ ਆਈਆਂ ਸੰਗਤਾਂ ਲਈ ਇਸ ਮੌਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਗੁਰ ਕਾ ਲੰਗਰ ਅਤੁੱਟ ਵਰਤਾਇਆ ਗਿਆ